धन गुरु नानक 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 एक ओंकार सतनाम करता पुरख निरभउ निर्वैरी अकाल मूर्ति अजूनी सैभंग प्रसाद जप सच है भी सच नानक होसी भी सच एक ओंकार सतनाम करता पुरख निरभउ निर्वैरी अकाल मूर्ति अजूनी सैभंग प्रसाद जप आद सच जुगाद सच है भी सच नानक होसी भी सच ओंकार सतनाम करता पुरख निरभउ निर्वैर अकाल मूर्ति अजूनी सैभंग प्रसाद जप आद सच जुगाद सच है भी सच नानक होसी भी सच गुरु नानक साहब जी एक शब्द आंदा है पहला बाबे पाया बख्शदार पिछे दे फिर काल कमाई कहिंदे पहलो बाबा जी ने गुरु नानक साहब ने बख्शिश वाला दर पाया है ते फिर कालना कीती पिछे दे फिर काल कमाई पिछे हो जा गुरु भाई पिछे हो के बैठो थोड़ा जा और पिछे हो जाओ तू भाई उधर बैठ पाई हैं जाके इधर पीछे मोबाइल बंद रखे मोबाइल नहीं किसी ने छेड़ना पहला बाबे पाया बख्शदार पहलो बख्शिश का दरवाजा पाया दर पिछे दे फिर काल कमाई फिर गुरु नानक साहब ने कालना कर ली बड़ी मेहनत की थी अजे बैठ जाओ भाई थले बैठ पहला बाबे पाया बख्शदार भाई जस भाई सारे बैठ जाओ पिछे दे फिर काल कमाई रेत अक हार कर रोड़ां दी गुर करी विछाई भारी करी तपस्या बड़े भाग हर स्यों बने आई बाबा पैदा सचखंड नौन दनाम गरीबी पाई बाबा देखे ध्यान तर जलती सब पृथ्वी दिसाई बाजो गुरु गुबार है कर दी सुनी लकाई बाबे भेख बनाया उदासी दी रीच लाई चढ़िया सोधन तरत लकाई सारे पाठी सिंह अंदर बह के सुनियो संगत सारी बाहर बह के सुनियो मां संपण पाठ की मर्यादा होंदी है कि जो पाठ रखिया जाए ना उस तो बाद सारयां दी एक क्लास लाउणी जरूरी होंदी संगत दी पाठियां दी माइयां बीबियां लंगर आलियां दी इस मत होंदी इस मत गुरु दे चरणां च बैठ के झोली अड़ के लैनी इस मत बह जा भाई तू कित्थे चलिया तेरे कोई ज्यादा काम नहीं है करना तो की है सुनन नूं सानूं थां नहीं हैगा अगे बैठे
ਵਿੱਚ ਉੱਠ ਕੇ ਭੱਜੀ ਨਾਲੇ ਭੱਜੀ ਦਾ ਨਹੀਂ ਸੁਣੀ ਦਾ ਹੁੰਦਾ ਬੈਗ ਕਾਮਣ ਤੋਂ ਸ਼ਿੰਗਾਰ ਕਰ ਜੋ ਪਹਿਲਾ ਕੰਤ ਮਨਾਏ ਕਹਿੰਦੇ ਜਿਹੜੀ ਕਾਮਣੀ ਔਰਤ ਉਹ ਸ਼ਿੰਗਾਰ ਕਰ ਲਵੇ ਤੇ ਕੰਤ ਰੁੱਸਿਆ ਹੋਇਆ ਫਿਰ ਸ਼ਿੰਗਾਰ ਕੀ ਕਰਨਗੇ ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੀ ਤਾਂ ਐਵੇਂ ਬਿਰਥਾ ਜਾਏ ਕਹਿੰਦੇ ਕੰਤ ਸੇਜ 'ਤੇ ਨਹੀਂ ਆਇਆ ਐਵੇਂ ਬਿਰਥਾ ਚਲਿਆ ਜਾਏਗਾ ਜਿੰਨੇ ਅੱਜ ਕੱਲ੍ਹ ਰਾਗੀ ਪਾਠੀ ਗਿਆਨੀ ਭਾਈ ਨਾ ਇਹਨਾਂ ਨੂੰ ਰੱਬ ਨੂੰ ਮਿਲਣ ਦੀ ਇੱਛਾ ਨਹੀਂ ਗੀ ਹੁਣ ਕਹਿੰਦਾ ਮੈਨੂੰ ਵਾਜਾ ਆ ਜੇ ਮੈਨੂੰ ਬੋਲਣਾ ਆ ਜੇ ਚਾਰ ਗੱਲਾਂ ਚਾਰ ਬੰਦੇ ਮੇਰੇ ਮਗਰ ਲੱਗ ਜਾਣ ਮੈਂ ਹੈੱਡ ਗ੍ਰੰਥੀ ਬਣ ਜਾਵਾਂ ਗ੍ਰੰਥੀ ਬਣ ਜਾਵਾਂ ਜਥੇਦਾਰ ਬਣ ਜਾਵਾਂ ਇਹਨਾਂ ਨੂੰ ਅੱਗੇ ਲੋੜ ਹੀ ਨਹੀਂ ਰੱਬ ਦੀ ਗੁਰੂ ਨੂੰ ਮਿਲਣ ਦੀ ਲੋੜ ਨਹੀਂ ਅੰਦਰ ਖੜਨਾ ਹੀ ਨਹੀਂ ਹੈਗਾ ਉਹ ਕਿ ਜਿਹੜਾ ਗੁਰੂ ਨੂੰ ਚਾਹੁੰਦਾ ਹੋਵੇ ਗੁਰਬਿਣ ਸੁਰਤ ਨਾ ਸਿੱਧ ਗੁਰੂ ਬਿਣ ਮੁਕਤ ਨਾ ਪਾਪ ਗੁਰੂ ਨੂੰ ਨਹੀਂ ਪਾਉਂਦੇ ਬਾਹਰਲੀਆਂ ਗੱਲਾਂ ਪਾਈ ਜਾਂਦੇ ਆ ਇੱਛਾ ਹੀ ਨਹੀਂ ਰੌਲ ਲਾਉਣ ਵਾਲੇ ਨੂੰ ਪਾਠ ਕਰਨ ਤਾਂ ਕਿ ਗਾਂਹ ਅੱਗੇ ਇੱਛਾ ਹੀ ਨਹੀਂ ਵੀ ਇਹਦੇ ਵਿੱਚ ਕੀ ਹੁਕਮ ਹੋ ਰਿਹਾ ਗੁਰੂ ਸਾਹਿਬ ਪ੍ਰਕਾਸ਼ ਬਰਾਜਮਣ ਕਰਨ ਵਾਲੇ ਨੂੰ ਇੰਨਾ ਵੀ ਕਰਦੇ ਹੋ ਬਾਬਾ ਕੀ ਕਹਿ ਰਿਹਾ ਇਹ ਨਹੀਂ ਸੁਣਨਾ ਬਾਣੀ ਪੜ੍ਹ ਲਓ ਸੁਣ ਲਓ ਬਾਣੀ ਕੀ ਕਹਿ ਰਹੀ ਹੈ ਇਹ ਸੁਣਨ ਨੂੰ ਥਾਂ ਹੀ ਨਹੀਂ ਗੀ ਖਾਲੀ ਭਾਂਡੇ ਸੁਣਛਣੇ ਪੰਜ ਸਾਲ ਦੇ ਬੱਚਿਆਂ ਨੇ ਭਗਤੀ ਕਰਕੇ ਰੱਬ ਨੂੰ ਪਾਲਿਆ ਸੱਤ ਸਾਲ ਦਿਆਂ ਨੇ ਪਾਲਿਆ ਗਿਆਰਾਂ ਸਾਲ ਦਿਆਂ ਨੇ ਪਾਲਿਆ ਨੌ ਨੌ ਸਾਲ ਦੇ ਰੱਬ ਬਣ ਗਏ ਅੱਠ ਸਾਲ ਦੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਰੱਬ ਬਣ ਗਏ ਨਿਰੰਕਾਰ ਉਹ ਆਣ ਕ੍ਰਿਸ਼ਨ ਬਣ ਗਏ ਲੋੜ ਨਹੀਂ ਸਿਰਫ ਢਕਵੰਜ ਦੀ ਲੋੜ ਹੈ ਪਖੰਡ ਦੀ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੇ ਆਰਾਧ ਨਾ ਆਰਾਧਨਾ ਕਰਨੀ ਉਹਦੀ ਨਾ ਸੇਵਾ ਸੁਰਤ ਦੀ ਲੋੜ ਹੈ ਗੁਰੂ ਸਾਹਿਬ ਕੋਲ ਗੱਲ ਜਾਣਾ ਤੇ ਪਹਿਲਾਂ ਸਮਤ ਲੈਣੀ ਹੈ ਸੇਵਾ ਕਰਨ ਦੀ ਸਮਤ ਬਖਸ਼ੋ ਹਰ ਵੇਲੇ ਤੜਫ ਰੱਖਣੀ ਹੈ ਵੀ ਮੈਂ ਕਿੰਨਾ ਕੁ ਅੰਦਰੋਂ ਖਾਲੀ ਹਾਂ ਆ ਜਿਹੜਾ ਸਥਾਨ ਹੈ ਕੋਈ ਜੀ ਟੀ ਰੋਡ ਨਹੀਂ ਕੋਈ ਇਹ ਨਹੀਂ ਵੀ ਇੱਥੇ ਸੰਗਤ ਬਹੁਤ ਆਵੇਗੀ ਮੇਨ ਜਗ੍ਹਾ 'ਤੇ ਸਥਾਨ ਹੈ ਦੁਕਾਨਦਾਰੀਆਂ ਮੇਨ ਥਾਵਾਂ 'ਤੇ ਹੁੰਦੀਆਂ ਭਗਤੀ ਲੋਕੇ ਕਰੀ ਜਾਂਦੀ ਸੌਦੇਬਾਜ਼ੀਆਂ ਬਾਜ਼ਾਰ 'ਚ ਹੀ ਹੁੰਦੀਆਂ ਅਤੇ ਰੱਬ ਨਾਲ ਸੌਦਾ ਗੁਪਤ ਕੀਤਾ ਜਾਂਦਾ ਸਾਧ ਸੰਗਤ ਨਾਲ ਇੱਕ ਵਾਰੀ ਪੜ੍ਹ ਲਓ ਇੱਕ ਓਂਕਾਰ ਸਤਨਾਮ ਕਰਤਾ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਸਾਹਿਬ ਕਹਿੰਦੇ ਵੀ ਸਾਨੂੰ ਚਾਹੀਦਾ ਕੀ ਉਹਨਾਂ ਕਿਹਾ ਜੀ ਤੁਹਾਡੇ ਅੱਗੇ ਕਿਹੜੀ ਚੀਜ਼ ਰੱਖੀ ਹੈ ਕਹਿੰਦੇ ਨਾਲ ਤੁਹਾਡਾ ਦਰਬਾਰ ਦਿਸੇ ਮੂੰਹੋਂ ਕਿਹੜੇ ਬੋਲਣ ਬੋਲੀਏ ਜਿਨ੍ਹਾਂ ਨੂੰ ਸਾਡਾ ਪਿਆਰ ਵਧੇ ਉਹਨਾਂ ਕਿਹਾ ਵੀ ਇੱਕ ਅੰਮ੍ਰਿਤ ਵੇਲਾ ਹੋਵੇ ਤੇਰੇ ਕੋਲ ਦੂਜਾ ਸੱਚਾ ਨਾਮ ਹੋਵੇ ਤੀਸਰੀ ਉਹਨਾਂ ਕਿਹਾ ਵੀ ਵਡਿਆਈ ਤੂੰ ਨਿੰਦਕ ਨਾ ਹੋਵੇ ਸੋਭਾ ਵਡਿਆਈ ਕਰ ਪਰਮਾਤਮਾ ਦੀ ਨਿੰਦਿਆ ਆਪਣੀ ਕਰ ਸੁਣ ਲਿਓ ਪਹਿਲੋਂ ਅੰਮ੍ਰਿਤ ਵੇਲਾ ਫਿਰ ਸੱਚਾ ਨਾਮ ਫਿਰ ਪਰਮਾਤਮਾ ਦੀ ਵਡਿਆਈ ਜਸ ਕਰਨਾ ਆਉਂਦਾ ਤੇਰੇ ਹਿਰਦੇ 'ਚੋਂ ਜਸ ਆਉਂਦਾ ਹੋਵੇ ਚੌਥਾ ਵਿਚਾਰ ਕਰੇ ਬਗੈਰ ਕੋਈ ਨਾ ਕਰੀ ਸਭ ਤੋਂ ਪਹਿਲੋਂ ਵਿਚਾਰ ਪਾਠ ਰੱਖਿਆ ਵਿਚਾਰ ਕਰੋ ਕਿਹੜੀ ਚੀਜ਼ ਦੀ ਲੋੜ ਹੈ
ਕਿਹੜੇ ਕਿਹੜੇ ਕੰਮ ਕਰਨੇ ਆ, ਵਿਚਾਰ ਕਰੋ ਕਿਹੜੀ ਕਿਹੜੀਆਂ ਡਿਊਟੀਆਂ ਸੀ। ਵਿਚਾਰ ਤੋਂ ਹੀ ਨਾ ਬੰਦਾ ਧੋਖੇਬਾਜ਼ ਹੁੰਦਾ, ਨਿਕੰਮਾ ਹੁੰਦਾ। ਵਿਚਾਰ ਕਰਨੀ ਕਿਹੜੀ ਚੀਜ਼ ਮੇਰੇ ਨਾਲ ਜਾਣੀ, ਵਿਚਾਰ ਕਰਨੀ ਮੈਂ ਆਇਆ ਕੀ ਕਰਨਾ। ਸਾਰਿਆਂ ਤੋਂ ਪਹਿਲੋਂ ਵਿਚਾਰ, ਸੱਚਾ ਨਾਮ ਪੜ੍ਹਨਾ, ਵਿਚਾਰ ਕਰਨੀ ਹੁਕਮ ਕੀ ਹੈ। ਗੁਰੂ ਸਾਹਿਬ ਕਹਿੰਦੇ ਹਕੀਕਤ ਨੂੰ ਜਾਣੋ, ਸਾਰੀ ਚੀਜ਼ ਦੀ ਵਿਚਾਰ ਕਰੋ। ਗੁਰੂ ਸਾਹਿਬ ਤੋਂ ਝੋੜੀਆਂ ਅੱਡ ਕੇ ਮੰਗੋ, ਸਿਰਫ ਮੈਂ ਆ। ਇੱਕ ਤਾਂ ਮੈਂ ਹੋਣਾ ਚਾਹੀਦੀ, ਦੂਜਾ ਨਹੀਂ ਹੋਣਾ ਚਾਹੀਦਾ ਮੇਰੇ ਸਾਹਮਣੇ, ਉਹ ਚੁੱਭਦਾ ਹੈ। ਇੱਕ ਮੈਂ ਆ, ਮੈਂ ਹੀ ਕਰਾਂ ਸਾਰਾ ਕੁਝ, ਮੇਰੇ ਹੁਕਮ ਚੱਲਣ। ਸਾਰਾ ਬੰਦਾ ਗਲਿਆ ਪਿਆ ਬਿਲਕੁਲ, ਬਾਹਰੋਂ ਹੀ ਕੋਈ ਨਾ ਕੋਈ ਦਿਸਦਾ, ਅੰਦਰੋਂ ਪੂਰਾ ਖਾਲੀ ਅਤੇ ਗਲਿਆ ਹੋਇਆ। ਹਰ ਚੀਜ਼ ਵਿਚਾਰ, ਸੋਚ ਵਿਚਾਰ। ਮਾਂ ਸੰਪੜ ਪਾੜ ਬੜਾ ਵੱਡਾ ਕੰਮ ਹੈ, ਸੋਚ ਸੋਚ ਕੇ ਕਦਮ ਰੱਖਣਾ ਹੈ, ਵੇਖ ਵੇਖ ਕੇ ਤੁਰਨਾ ਹੈ, ਭੱਜ ਭੱਜ ਕੇ ਗੁਰੂ ਦੀ ਸੇਵਾ ਕਰਨੀ ਹੈ। ਸਾਰੇ ਕੰਮ ਪਹਿਲਾਂ ਹੀ ਕਰਕੇ ਰੱਖਦੇ ਨੇ ਹੁੰਦੇ ਆ। ਜਿੰਨੇ ਪਾਠੀਆਂ ਨੇ ਅੰਦਰ ਰਹਿਣਾ ਹੈ, ਤਨ ਤੁਹਾਡਾ ਅੰਦਰ ਹੈ, ਹੁਣ ਮਨ ਨੂੰ ਅੰਦਰ ਰੱਖਣਾ ਤੁਸੀਂ। ਮਨ ਕਿਵੇਂ ਰੱਖੋਗੇ? ਆਪਦੇ ਮਨ ਨੂੰ ਵੀ ਅੰਦਰ ਰੱਖੋ। ਤਨ ਵੀ ਅੰਦਰ ਹੈ ਅਤੇ ਮਨ ਵੀ ਗੁਰੂ ਦੇ ਚਰਨਾਂ 'ਚ ਹਾਜ਼ਰ ਕਰੋ। ਇਸ ਥਾਂ 'ਤੇ ਗੁਰੂ ਨਾਨਕ ਸਾਹਿਬ ਜੀ ਸੱਚਖੰਡ 'ਚੋਂ ਆਏ ਸੀ ਅਤੇ ਪਰਮਾਤਮਾ ਦੀਆਂ ਦਾਤਾਂ ਲੈ ਕੇ ਆਏ ਸੀ, ਦਰਗਾਹੀ ਦਾਤਾਂ ਲੈ ਕੇ ਆਏ ਸੀ। ਟਿਕ ਕੇ ਬਹਿ ਜਾਈਦਾ ਹੁੰਦਾ ਜਾਂ ਪਿੱਛੇ ਬੈਠ ਜਾਈਦਾ, ਭੱਜ ਕੇ ਅੱਗੇ ਨਹੀਂ ਆਈਦਾ ਹੁੰਦਾ। ਉਹਦੇ ਪਿੱਛੇ ਬੈਠ ਜਾ ਕੇ, ਜੇ ਪਿੱਛੇ ਆਓ ਤਾਂ ਪਿੱਛੇ ਬੈਠੋ, ਅਨਿਸ਼ਚਿਤ ਤੁਹਾਡੇ ਠਰ ਬਰਫਣੀ ਜੰਮ ਚੱਲੀ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਜਪ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਹਿਲੋਂ ਕਿਸੇ ਗੁਰੂ ਪੀਰ ਮਹਾਂਪੁਰਖਾਂ ਤੋਂ ਰੱਬ ਤੋਂ ਬਖਸ਼ਿਸ਼ ਲੈ ਲਓ, ਫਿਰ ਘਾਲਣਾ ਸ਼ੁਰੂ ਕਰੋ। ਇਹ ਨਾ ਹੋਵੇ ਐਵੇਂ ਘਾਲਣਾ ਕੀਤੀ ਚਲੀ ਜਾਵੇ। ਰੇਹ ਤੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਫਿਰ ਬਹੁਤ ਤਪੱਸਿਆ ਕੀਤੀ, ਦਾਤ ਪਾ ਕੇ ਵੀ ਘਾਲਣਾ ਕਰ ਲਈ। ਬਾਬਾ ਜੀ ਨੇ ਬਾਬਾ ਆਨੰਦ ਸਿੰਘ ਨੂੰ ਦਾਤ ਦਿੱਤੀ ਅਤੇ ਕਹਿਣ ਲੱਗੇ ਵੀ ਰੁਪਈਆ ਨਹੀਂ ਪੂਰਾ ਦਿੱਤਾ ਸੀ, 12 ਆਣੇ ਤੈਨੂੰ ਦੇ ਤੇ, ਤੂੰ ਪਿਛਲੇ ਜਨਮਾਂ ਦਾ ਲੈਣਾ ਸੀ, ਇਸ ਜਨਮ ਦਾ ਸੀ, ਤੈਨੂੰ 12 ਆਣੇ। ਜਿਵੇਂ ਉਹਨਾਂ ਕਿਹਾ ਸੀ, ਤਿੰਨ ਪਾ ਗੁਰੂ ਨਾਨਕ ਹੀ ਲੈ ਗਏ ਕੀਤੇ ਸਨ, ਮੈਂ ਇਸ ਦੇ ਚਾਰ ਹਿੱਸੇ, ਜਿਨ੍ਹਾਂ ਵਿੱਚੋਂ ਇੱਕ ਜੱਗ 'ਚ ਪੈ ਗਿਆ ਹੈ, ਬਾਕੀ ਤਿੰਨਾਂ ਦੀ ਗੱਲ ਮੈਂ ਕੀ ਦੱਸਾਂ, ਗੁਰੂ ਨਾਨਕ ਪਿਆਰਾ ਹੀ ਲੈ ਗਏ।
तीन हिस्से बाबा जी ने बाबा नानक सिंह नूं दिते। कहिंदे हुण कमाई करनी इहदे मंडना ना शुरू कर दी। जदों 125 रुपया बनेगा फिर वंडी, रुपया भी नहीं पूरा हो गया। 125 रुपया कमाई करके फिर बाबा जी ने मंडी ते देख लो, अज सारा संसार खा रहा है बाबे नंद सिंह दी कमाई। पहलो बख्श दर पाउणा, फिर घर ना करनी ते दास बन के नहीं। गुरु अमरदास दा मन मन गया गुरु अंगद साहब ते, भी जिन्हों मैं पालदा सी 60 साल दा, अज ओह मिल गया। ते गुरु अंगद देव जी को डेरा ला लिया। आवाज कर उच्ची पाई, स्पीकर तेरा वादा ही होला जे। फिर गुरु अमरदास जी को डेरा ला लिया, गुरु अंगद देव जी को मन मन गया भी जिन्हों मैं पालदा सी। जदों बैठ गए, 2 दिन 3 दिन 4 दिन गुरु अंगद देव जी दे कुड़म लगदे सी। अखीरी गुरु अंगद साहब ने कहा, जी साडे इत्थे की रजेवे आ, वी बजुर्गो तुसीं अपने घर जाओ, सानू तुहाडा ख्याल रखना पैंदा। संगत दे विच कुड़म सी बण के जदों आए, लड़की लै के आई सी आपदे सहुरे नूं, तां गुरु अंगद देव जी कहिंदे, जाओ पुरखा साडे कई इत्थे रजेवे ने। गुरु अमरदास जी महाराज कहिंदे, मैं कुड़म बण के नहीं आया, मैं दास बण के आया तुहाडा, मैं कुड़म नहीं गा। कहिंदे फिर दासां ने काम कर, तू तां बैठा है, तेनू पता ना होवे टोकरी बालण तो बगैर, सेवा तो बगैर, झाड़ू तो बगैर, पानी ढोण तो बगैर, इत्थे आही सेवा ने। इन्हां सेवा तो सवा तेनू दूजी चीज की सोझी ना होवे, दास बण। फिर गुरु अमरदास जी दास बन के 12 साल की सेवा है दासा पाप की। मैनू पहलो बनाओ मुखी, फिर मेरा सारा कुछ करो अंडर, फिर मैं दुनिया च कहां कहावां कि मैं इत्थों दा महंत हां जथेदार, फिर करांगा सेवा। पहलो मैनू ड्यूटियां कीर्तन दियां दिओ, फिर मैं कीर्तन करांगा। मैनू पता लगे मेरा कोई थां हक हैगा, भाई साडा कुछ है ही नहीं, आपां चरणां दे दास। गुरु साहब की बाणी कहिंदी दास बण, असीं कहिंदे सानू इहदी हक आवे, असीं इहदे मालक बण जाइए। मालक तां तूं आपदे शरीर दा नहीं, इह वी गल्लां ना करो अंदर भाई, इह वी जल सड़ जाणा है। सारे सरवण करो, जिन्ना गरीबी च निम्रता च रहोगे सेवादार बन के। मैं मेरी नाल बंदा गल जांदा है, सेवा दा फल नहीं मिलता, हंकार ही हंकार मिलता है। ते सेवा भज भज के अगे हो के लोड़ तो पहलों करके रखी होनी चाहिए। महापुरशां ने सेवा हजूर साहब लाई सराम बनाउण दी, 20-25 कमरे ते बाबा कुंदन सिंह महाराज दा हासी सिर ते, गुरु साहब दी शक्ति बल सी 250 कमरा बन गया, 10 गुणा वध। वो कहिंदे भी एक लंगर बनाउणा है,
ते तेरा लंगर बन गए, पुछया भी लंगर तैयार है, शुरू हो गया है। मैं कह जी हो गया, कहिंदे राह विच भी चाहिए आ, फिर इतों संगता तुरनी है। मैं कह जी तुहाडी कृपा नाल इतों लै के 13 लंगर हजूर साहब तक लग गए, अस्थान बन गए 13-68 नानक साहब के 13 लंगर सरावां बन गई। आपे सेवा लाइन आपे बख्श करे, साड़ी बलबुद की सी, सबना का माँ प्यो आप है आपे सार करे। जदों असी सेवा करन तुरे सी, साढ़े कोल टिकटां भी किसी नूं कहा सी भी साड़ियाँ कटा दे हजूर साहब दियाँ। पहले कमरे की सेवा लुधियाने तो स्टेशन तो किसी गुरमुख ने मनी, 5 कमर की राह विच जांदिया जांदिया भी सेवा होंदिया गई। गुरु साहब आपे सेवा लाइन आपे बख्श करे। बहुत असी मर चुके हैं, गल चुके हैं, है ही नहीं कहानी नहीं है काम सेवा का, तो सब कुछ होएगा किवें? बच्चा रो रो के तड़फी जाएगा, रोवेगा माँ दुध देवेगी, अंदरे अंदर झाती मारो कि किन्नी कु प्रतख प्रगट गुरु की देह की भावना है, किन्नी कु दासा पावे, किन्नी कु सेवा है, किन्नी मैं संगत की खुशी लैंदा, किन्नी महापुरशां दी, किन्ना मैं सब तो नीव हाँ, होर गरीब हो जा। बड़ी औखी है गुरु साहब की सेवा है, ये काल ना कर लो गल्ला नाल नहीं, ते मां संपर्क च भी देने पूरे सेवा ते दिन रात खड़े रहना, दवान भी लाने, लंगर भी पूरे चलाने, संगतान भी जोड़ना है, प्रेरणा भी है, लियाना भी है, पैरियां ते सुखमनी दे पाठ जे बार करन वाले आ शुरू, बीबिया वाला भाइयों वाला बीबिया वाला लंगर भी तैयार करो, सारे काम महीनिया के दिनों च दिनों के घंटिया च गुरु साहब तो बल लैके करो, शक्ति लैके, तो पूरी संगत इतें जप तप सिमरन करे। हर चीज़ का पहले ही ख्याल करना है भी इधरों कमी आएगी इधरों आएगी। ये सेवा सुरत गुरु के चरणा च ला देनी, भावना गुरु साहब के चरणा में। हुण हुक्मनामा सरवण कर लो सारे, अज बाबा जी दे बुधवार का दिन भी है, महासंपड़ पाठ भी शुरू होए, संग्राम की भी रैन सभाई है। गुरु नानक हर जस गायो संत जना मिल, हर जस गायो संत जना मिल, जस गायो जन्म के दुख गवायो, जो चाहत सोई मन पायो, जो चाहत सोई मन पायो, कर कृपा हर नाम दिवायो, कर कृपा हर नाम दिवायो, सर्व सुख हर नाम बढ़ाई, सर्व सुख हर नाम बढ़ाई, गुर प्रसाद नानक मत पाई मिल, हर जस गायो संत जना मिल, हर जस गायो संत जना मिल। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤ੍ਰਿ ਮਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਰ
नानक देव के उजरे केती छुटी ना जिनी नाम ते आया दैव सकत का नानक देव के उजरे श्री वाहे गुरु साहिब जी एक ओंकार सतगुर प्रसाद सोरठ महला पंजवा गुरपुरा पेट्यो वड पागी मने पया परगासा कोई ना पहुंचन हारा दूजा अपने साहेब का परवासा गुरपुरा पेटियो बड़ पागी मने